ਡਾਕਟਰ ਚੰਦਰ ਭੂਸ਼ਣ ਕੁਮਾਰ ਮੁੱਖ ਚੋਣ ਅਫਸਰ ਨੇ 11 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਹੋਣ ਜਾ ਰਹੀ ਲੋਕ ਸਭਾ ਜ਼ਿਮਨੀ ਚੋਣ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਪਠਾਨਕੋਟ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਪਠਾਨਕੋਟ ਅਤੇ ਗੁਰਦਾਸਪੁਰ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕੀਤੇ ਗਏ ਚੋਣ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾਕਟਰ ਚੰਦਰ ਭੂਸ਼ਣ ਕੁਮਾਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਤਾਂ ਹੀ ਸਫਲ ਤਰੀਕੇ ਨਾਲ ਕਾਮਯਾਬ ਹੋ ਸਕਦੀ ਹੈ ਜੇਕਰ ਚੋਣ ਅਧਿਕਾਰੀਆਂ ਦਾ ਆਪਸੀ ਤਾਲਮੇਲ ਵਧੀਆ ਹੋਵੇ ਅਤੇ ਆਪਸੀ ਸਹਿਯੋਗ ਨਾਲ ਹੀ ਚੋਣ ਅਮਲ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕਦਾ। ਉਹਨਾਂ ਗੁਰਦਾਸਪੁਰ ਅਤੇ ਪਠਾਨਕੋਟ ਦੇ ਚੋਣ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਤਾਇਨਾਤ ਅਮਲੇ 'ਤੇ ਅਤੇ ਖਾਸ ਕਰਕੇ ਵੋਟਰ ਵੈਰੀਫੀਏਬਲ ਪੇਪਰ ਮਸ਼ੀਨਾਂ ਸੰਬੰਧੀ ਟ੍ਰੇਨਿੰਗ ਸਿਖਲਾਈ ਪ੍ਰਦਾਨ ਕੀਤੀ ਜਾਵੇ ਅਤੇ ਲੋਕਾਂ ਨੂੰ ਇਸ ਮਸ਼ੀਨ ਦੀ ਵਰਤੋਂ ਸੰਬੰਧੀ ਅਤੇ ਇਸ ਦੀ ਖਾਸੀਅਤ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਸਰਹੱਦੀ ਜ਼ਿਲ੍ਹੇ ਨੇ, ਇਸ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਅੱਜ ਸੇ ਨੋਟੀਫਿਕੇਸ਼ਨ ਜੋ ਹੈ ਉਹ ਜਾਰੀ ਹੋ ਗਿਆ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਤਰਫ ਸੇ ਹਮ ਲੋਗੋਂ ਕੋ ਯਹਾਂ ਇਹ ਦੇਖਨੇ ਕੇ ਲਈ ਭੇਜਾ ਗਿਆ ਕਿ ਜੋ ਇਲੈਕਸ਼ਨ ਹੈ ਉਸਕੀ ਤਿਆਰੀ ਕੈਸੀ ਚੱਲ ਰਹੀ ਹੈ ਔਰ ਇਸੀ ਕੇ ਲੀਏ ਆਜ ਯਹਾਂ ਪੇ ਹਮਾਰੀ ਮੀਟਿੰਗਸ ਹੋਈ ਸਾਰੇ ਜੋ ਅਫਸਰਾਨ ਹੈ ਇਸਸੇ ਸੰਬੰਧ ਜੋ ਹਮਾਰੇ ਸਿਕਿਉਰਿਟੀ ਆਫਿਸਰਸ ਹੈ ਜੋ ਪੁਲਿਸ ਆਫਿਸਰਸ ਹੈ ਸਭੀ ਲੋਕ ਇਸਮੇ ਮੌਜੂਦ ਥੇ ਔਰ ਯਹਾਂ ਪੇ ਸਾਰੀ ਤਿਆਰੀਆਂ ਜੋ ਹੈ ਵੋ ਇਲੈਕਸ਼ਨ ਕਮਿਸ਼ਨ ਕੇ ਡਾਇਰੈਕਸ਼ਨਸ ਕੇ ਹਿਸਾਬ ਸੇ ਚੱਲ ਰਹੀ ਹੈ ਔਰ ਜੋ 11 ਅਕਤੂਬਰ ਕੋ ਜੋ ਚੁਣਾਵ ਕਾ ਦਿਨ ਹੈ ਉਸਕੇ ਪਹਿਲੇ ਕੀ ਜਿਤਨੀ ਪਲਾਨਿੰਗ ਔਰ ਉਸਕਾ ਇੰਪਲੀਮੈਂਟੇਸ਼ਨ ਹੈ ਉਸਕੇ ਹਿਸਾਬ ਸੇ ਹਮਾਰੀ ਡਿਸਟ੍ਰਿਕਟ ਟੀਮ ਜੋ ਹੈ ਵੋ ਯਹਾਂ ਔਰ ਪਠਾਨਕੋਟ ਦੋਨੋਂ ਜਗ੍ਹਾ ਪੇ ਸਾਰੇ ਤਿਆਰੀਆਂ ਔਰ ਸਾਰੀ ਚੀਜ਼ੋਂ ਕੀ ਵਿਵਸਥਾ ਕਰ ਰਹਾ ਹੈ। ਹਮਾਰੇ ਪਾਸ ਜੋ ਹੈ EVM ਔਰ VVPAT ਉਸਕੀ ਤਿਆਰੀ ਚੂੰਕਿ ਪੂਰਾ ਇਲੈਕਸ਼ਨ ਜੋ ਹੈ VVPAT ਕੇ ਸਾਥ ਹੋਗਾ ਤੋ ਉਸਕੀ ਵੀ ਤਿਆਰੀ ਉਸੀ ਮਾਹੌਲ ਮੇਂ ਚੱਲ ਰਹੀ ਹੈ। ਹਮਾਰੇ ਪਾਸ ਜਿਤਨੇ ਪੋਲਿੰਗ ਕੇ ਜਿਤਨੇ ਵੀ ਸਟਾਫ ਹੋਂਗੇ ਉਨ ਸਭ ਕੀ ਟ੍ਰੇਨਿੰਗ ਇਸ ਚੀਜ਼ ਕੋ ਔਰਗਨਾਈਜ਼ ਕਰਨੇ ਕੇ ਲੀਏ ਔਰ ਉਨਕੀ ਸਾਰੀ ਵਿਵਸਥਾ ਜੋ ਹੈ ਉਹ ਵੀ ਪੈਰਲਲੀ ਜੋ ਹੈ ਉਹ ਕਾਮ ਜਾਰੀ ਹੈ। ਮੀਟਿੰਗ ਦੌਰਾਨ IG ਬਾਰਡਰ ਰੇਂਜ ਨੇ ਪੈਰਾਮਿਲਟਰੀ ਫੋਰਸ ਕੰਪਨੀਆਂ ਦੀ ਮੰਗ ਕੀਤੀ ਜਿਸ ਸੰਬੰਧੀ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਉਹਨਾਂ ਦੀ ਮੰਗ ਭਾਰਤ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ। ਸਪੋਕਸਮੈਨ TV ਦੇ ਲਈ ਗੁਰਦਾਸਪੁਰ ਤੋਂ ਹੇਮੰਤ ਨੰਦਾ ਦੀ ਰਿਪੋਰਟ।